ਆਦਤ ਆ, ਅਸੀਂ ਕਾਲੇ ਵਾਲੇ ਹੋ ਜਾਂਦੇ ਹਾਂ। ਹੁਣ ਮੰਨ ਲਓ 3 ਮਹੀਨੇ ਦਾ ਸਮਾਂ ਹੋ ਚੁੱਕਾ ਵਾ ਵੀ ਜਦੋਂ ਦਾ ਸਾਡੀ ਹਾਹਾਕਾਰ ਮਚਾਈ ਹੋਈ ਆ ਵੀ DAP ਨੀ ਮਿਲਣਾ, DAP ਨੀ ਮਿਲਣਾ, ਅਸੀਂ ਆਪ ਹੀ ਮਾਹੌਲ ਕ੍ਰੀਏਟ ਕਰ ਦਿੰਦੇ ਹਾਂ। ਹਾਂ ਕਈ ਵਾਰ ਚੰਨ ਵੀਰੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਫਿਰ ਝੋਨੇ ਕੋਲੇ ਖੜਾ ਮੈਂ, ਤੈਨੂੰ ਦੇਖ ਕੇ ਆਇਆ ਵੀ ਕਿਵੇਂ ਆ ਫਸਲ ਦਾ ਤਿਆਰੀ ਹੈ ਫਿਰ? ਹਾਂਜੀ ਵੀਰੇ ਤਿਆਰੀ ਆ ਜੀ, ਬਸ ਝੋਨਾ ਆ ਜਾਊਗਾ 10-15 ਦਿਨਾਂ ਦੇ ਵਿੱਚ, ਯਾਨੀ ਅਕਤੂਬਰ ਦੇ ਦੂਜੇ ਹਫ਼ਤੇ ਨੂੰ ਤੁਸੀਂ ਵੱਢ ਲਓਗੇ? 10-15 ਦਿਨ ਤੱਕ ਉਮੀਦ ਆ ਜੀ ਆ ਜਾਊਗਾ ਆਪਣਾ। ਫਿਰ ਆਲੂਆਂ ਦੀ ਵੀ ਤਿਆਰੀ ਹੋਣੀ, ਤੁਸੀਂ ਆਲੂ ਲਾਉਂਦੇ ਹੋ ਬਹੁਤ? ਹਾਂਜੀ ਆਲੂਆਂ ਦੀ ਪਰ ਹਜੇ ਤਿਆਰੀ ਨਹੀਂ ਹੈਗੀ, ਐਂ ਠੰਡੇ ਜਿਹੇ ਬੈਠੇ ਹਾਂ। ਕੀ ਚੱਕਰ ਹੋ ਗਿਆ, DAP ਨਹੀਂ ਮਿਲਿਆ? ਨਹੀਂ DAP ਆਪਾਂ ਨੂੰ ਤਾਂ ਮਿਲ ਜਾਣਾ ਵਾ ਜੀ। ਹਾਂ ਇਹਦੇ ਲਈ ਮੈਂ ਤੁਹਾਨੂੰ ਥੋੜ੍ਹਾ ਧਿਆਨ 'ਚ ਗੱਲ ਦੱਸ ਦੇਣਾ ਵੀ ਜਿਹੜੇ ਪਿੰਡਾਂ ਦੇ ਵਿੱਚ ਹੈ ਨਾ ਸੋਸਾਇਟੀਆਂ ਕਾਮਯਾਬ ਨੇ, ਹਾਂਜੀ ਵੀ ਵਧੀਆ ਪਿੰਡਾਂ 'ਚ ਸੋਸਾਇਟੀਆਂ ਚੱਲਦੀਆਂ ਨੇ। ਨਹੀਂ ਉਹ ਖਬਰ ਜੀ ਸੁਣੀ ਆ ਵੀ ਕਹਿੰਦਾ DAP ਮਿਲ ਨਹੀਂ ਰਿਹਾ, DAP ਮਿਲ ਨਹੀਂ ਰਿਹਾ, ਬੜਾ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਚੱਕਿਆ ਹੋਇਆ ਵਾ। ਕਿਸੇ ਦਾ ਕੱਲ੍ਹ ਇੱਕ ਵੀਡੀਓ ਆਪਾਂ ਦੇਖਦੇ ਸੀਗੇ ਵੀ ਨਕਲੀ DAP ਲਿਆਂਦਾ, ਉਹ ਕੀ ਮਾਹੌਲ ਕੀ ਬਣਿਆ ਹੋਇਆ? ਮਾਹੌਲ ਗਰਵੀਰ ਆਏ ਆ ਨਾ, ਸਾਡੀ ਆਦਤ ਆ ਅਸੀਂ ਕਾਲੇ ਵਾਲੇ ਹੋ ਜਾਂਦੇ ਹਾਂ। ਹੁਣ ਮੰਨ ਲਓ 3 ਮਹੀਨੇ ਦਾ ਸਮਾਂ ਹੋ ਚੁੱਕਾ ਵਾ ਵੀ ਜਦੋਂ ਦਾ ਸਾਡੀ ਹਾਹਾਕਾਰ ਮਚਾਈ ਹੋਈ ਆ ਵੀ DAP ਨਹੀਂ ਮਿਲਣਾ, DAP ਨਹੀਂ ਮਿਲਣਾ, ਅਸੀਂ ਆਪ ਹੀ ਮਾਹੌਲ ਕ੍ਰੀਏਟ ਕਰ ਦਿੰਦੇ ਹਾਂ। ਹਾਂ ਕਈ ਵਾਰ ਸਹੀ ਆ, ਸਾਡੀਆਂ ਗਲਤੀਆਂ ਹੁੰਦੀਆਂ ਨੇ, ਉਹ ਫਿਰ ਕੁਛ ਪੱਤਰਕਾਰ ਵੀਰਾਂ ਨੂੰ ਵਧਾ ਚੜਾ ਕੇ ਖਬਰ ਪੇਸ਼ ਕਰ ਦਿੰਦੇ ਆ, ਜਿਹੜੀਆਂ ਫਿਰ ਕੰਪਨੀਆਂ ਨੇ ਮੰਨ ਲਓ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੇ ਇੱਦਾਂ ਦੇ ਅਨਸਰ ਆ ਜਿਨ੍ਹਾਂ ਨੇ ਮਾੜੀ ਕੁਆਲਿਟੀ ਨਕਲੀ ਖਾਦ ਤਿਆਰ ਕਰਕੇ ਵੇਚਣੀ ਹੁੰਦੀ ਆ, ਉਹਨਾਂ ਨੂੰ ਮੌਕਾ ਮਿਲ ਜਾਂਦਾ ਜੀ। ਹਾਂ ਇਹ ਜਾਣੀ ਅਫਵਾਹ ਉਡਾਈ ਜਾਂਦੀ ਆ, ਅਫਵਾਹਾਂ ਉੱਡਦੀਆਂ ਨੇ ਜਿੱਦਾਂ ਹਰ ਵਾਰੀ ਉੱਡ ਜਾਂਦੀਆਂ ਨੇ ਵੀ ਐਤਕੀ ਆਏ ਨਹੀਂ ਆਏ, ਹੁਣ ਜਿੱਦਾਂ ਬਾਸਮਤੀ ਦੇ ਭਾਵਾਂ ਦਾ ਹੁੰਦਾ ਵਾ ਵੀ ਐਤਕੀ ਭਾਅ 0 ਰਹਿਣਾ ਜਾਂ ਬਹੁਤ ਵੱਧ ਜਾਣਾ, ਉਹਦੇ ਨਾਲ ਜਿਹੜੀ ਸਾਰੀ ਮਾਰਕੀਟ ਇੱਕ ਵਾਰ ਹਿੱਲ ਜਾਂਦੀ ਆ, ਕਿਸਾਨ ਦੇ ਵਿੱਚ ਡਰ ਪੈਦਾ ਹੋ ਜਾਂਦਾ, ਕਿਸਾਨ ਜਗਰਾਉਂ ਵਾਲਾ ਮੋਗੇ ਭੱਜ ਰਿਹਾ, ਮੋਗੇ ਵਾਲਾ ਮੁਕਤਸਰ ਭੱਜ ਰਿਹਾ, ਕਈ ਜਗਰਾਉਂ ਵਾਲੇ ਜਾਂ ਆਹ ਬਰੈਕੋਟ ਮੁੱਲਾਪੁਰ ਬਲਾਕ ਦੇ ਕਿਸਾਨ ਵੀਰ ਗਿੱਦੜਬਾਹੇ ਵਾਲੀ ਸਾਈਡ ਮੁਕਤਸਰ ਤੋਂ ਵੀ ਜਾ ਕੇ DAP ਲੈ ਕੇ ਆਏ ਆ। ਕੀ ਇਹ ਸਹੀ ਆ ਵੀ ਨਹੀਂ ਮਿਲਣਾ ਹੀ ਨਹੀਂ? ਗਰਵੀਰ ਆਇਆ ਹੈਗਾ DAP ਮਿਲੂਗਾ, ਜਿਹੜੀ ਮੈਂ ਪਹਿਲਾਂ ਵੀ ਤੁਸੀਂ ਗੱਲ ਉਹਦੇ ਵਿੱਚ ਰੋਕਤੀ, ਮੈਂ ਕਹਿਣ ਲੱਗਿਆ ਵੀ ਪਿੰਡਾਂ ਦੇ ਵਿੱਚ ਸਾਡੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਕਾਮਯਾਬ ਹੋਣੀਆਂ ਬਹੁਤ ਜ਼ਰੂਰੀ ਆ। ਬਿਲਕੁਲ, ਸਾਨੂੰ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਪੰਜਾਬ ਦੇ ਵਿੱਚ ਪਿੰਡ ਆ ਜਿੱਥੇ ਸੁਸਾਇਟੀਆਂ ਨੇ, ਸਾਨੂੰ ਉਹਨਾਂ ਦੇ ਨਾਲ ਵਧੀਆ ਤਾਲਮੇਲ ਬਿਠਾ ਕੇ ਰੱਖਣਾ ਚਾਹੀਦਾ, ਸਮੇਂ ਸਿਰ ਜਿਹੜਾ ਉਹਦਾ ਲੈਣ ਦੇਣ ਉਹ ਮੁਕੰਮਲ ਕਰਨਾ ਚਾਹੀਦਾ, ਜਿਹੜੀ ਅੱਗੇ ਸੁਸਾਇਟੀ ਆ ਉਹਦਾ ਜਿਹੜਾ ਲੈਣ ਦੇਣ ਸਰਕਾਰ ਨਾਲ, ਜੇ ਸੁਸਾਇਟੀ ਕੋਲ ਪੈਸਾ ਹੋਊ ਮੁਨਾਫੇ 'ਚ ਹੋਊ ਤਾਂ ਹੀ ਉੱਥੇ ਮਸ਼ੀਨਰੀ ਹੋਊ, ਸਮੇਂ ਸਿਰ ਉੱਥੇ ਜਿਹੜੀ ਖਾਦ ਆ ਪਹੁੰਚੂਗੀ ਪਹੁੰਚੂਗੀ ਜੇ ਪੈਸੇ ਐਡਵਾਂਸ ਦੇਵਾਂਗੇ। 1.5 ਕਰੋੜ ਦਾ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਜਿਹੜੇ ਪਿੰਡਾਂ 'ਚ ਆਲੂ ਲੱਗਦਾ ਉੱਥੇ DAP ਪੋਟਾਸ ਅਤੇ NPK ਵਗੈਰਾ ਆਉਂਦੇ ਆ। ਬਿਲਕੁਲ ਆਉਂਦੇ ਆ, ਹੁਣ ਸੁਸਾਇਟੀ ਕੋਲ ਇੰਨੀ ਰਕਮ ਹੀ ਨਹੀਂ ਹੈਗੀ ਉਹ ਕਿੱਥੋਂ ਖਰੀਦ ਲੂ। ਬਿਲਕੁਲ ਹਾਂਜੀ, ਇਹਦੇ ਲਈ ਜ਼ਰੂਰੀ ਹੈ ਜਿੱਦਾਂ ਸਾਡੇ ਪਿੰਡ ਦੀ ਸੁਸਾਇਟੀ ਆ ਟੀਮ ਨੇ ਇਹਦੀ 1 ਨੰਬਰ ਸੁਸਾਇਟੀ ਆ ਸਾਡੀ, ਬਹੁਤ ਵਧੀਆ ਸੁਸਾਇਟੀ, ਸਟਾਫ ਸਾਡਾ ਬਹੁਤ ਚੰਗਾ, ਸਮੇਂ ਸਿਰ ਜਿਹੜਾ ਸਾਨੂੰ DAP ਪੋਟਾਸ ਯੂਰੀਆ ਜੋ ਵੀ ਆ ਅਸੀਂ ਮੰਗ ਕਰਦੇ ਸਾਨੂੰ ਮਿਲਦਾ। ਜਿੱਦਾਂ ਆਪਣੇ ਨਾਲ ਪਿੰਡ ਜੰਡੀ ਰਸੂਲਪੁਰ ਆ, ਇੱਥੇ ਬਹੁਤ ਵਧੀਆ ਸੁਸਾਇਟੀ ਆ, ਲੀਲਾ ਮੇਘ ਸਿੰਘ ਆ, ਇੱਦਾਂ ਦੀਆਂ ਸੁਸਾਇਟੀਆਂ ਹੋਣ, ਇੱਦਾਂ ਦੀ ਕਿਸਾਨ ਹੋਣੇ ਚਾਹੀਦੇ, ਸਮੇਂ ਸਿਰ ਜਿਹੜਾ ਲੈਣ ਦੇਣਾ ਕਲੀਅਰ ਕਰਨ। ਬਿਲਕੁਲ, ਕੋਈ ਮੁਸ਼ਕਲ ਨਾ ਹੋਣਾ, ਅਸੀਂ ਆਰਾਮ ਨਾਲ ਬੈਠੇ ਹਾਂ, ਹੁਣ ਸਾਨੂੰ ਪਤਾ ਵੀ ਆ ਸਾਨੂੰ ਸਾਡੇ ਪਿੰਡੋਂ ਮਿਲ ਜਾਣਾ। ਨਹੀਂ ਕੀ ਇਹ, ਪਰ ਉਹ ਤਾਂ ਸੀਜ਼ਨਲ ਹੁੰਦਾ ਨਾ, ਵੀ ਮੰਨ ਲਓ ਅਕਤੂਬਰ 'ਚ ਉਹਦਾ ਆਪਾਂ ਵਾਪਸ ਕਰਦੇ ਹਾਂ ਜਿਹੜਾ ਆਪਾਂ ਕਰਜ਼ਾ ਲਿਆ ਹੁੰਦਾ ਹੱਦ ਕਰਜ਼ਾ, ਮੰਨ ਲਓ ਮੇਰੇ ਹਿਸਾਬ ਨਾਲ ਉਦੋਂ ਹੀ ਮਿਲੂਗਾ ਕਿ ਉਦੋਂ ਪਹਿਲਾਂ ਵੀ ਮਿਲ ਸਕਦਾ ਫਿਰ? ਨਹੀਂ ਉਹ ਹੁਣ ਜਿਵੇਂ ਮੰਨ ਲਓ ਆਪਣੇ DAP ਜਾਂ ਕੋਈ ਵੀ ਖਾਦ ਆਉਣ ਲੱਗ ਕੇ ਨਾਲ ਦੀ ਨਾਲ ਦੇਣ ਲੱਗ ਜਾਂਦੇ ਜੀ। ਠੀਕ ਹੈ ਜੀ, ਆਪਾਂ ਕਿਹੜੀ ਕੈਸ਼ ਤੋਂ ਆਪਣੀ, ਆਪਾਂ ਨੂੰ ਪਤਾ ਹੀ ਹੁੰਦਾ ਵੀ ਅਸੀਂ ਮੋੜਨੀ ਆ, ਸਮੇਂ ਸਿਰ ਆਪਦੀ ਮੋੜੀ ਚੱਲੋ ਜੀ ਅਤੇ ਲਈ ਚੱਲੋ। ਠੀਕ ਹੈ, ਹੁਣ ਇੱਕ ਗੱਲ ਨਾ ਮੈਂ ਇੱਥੇ ਜ਼ਰੂਰੀ ਦੱਸ ਦਿੰਦਾ, ਮੈਨੂੰ ਲੱਗਦਾ 1 ਸਾਲ ਦਾ ਸਮਾਂ ਹੋ ਗਿਆ ਵੀ ਸੈਂਟਰ ਸਰਕਾਰ ਨੇ ਬਕਾਇਦਾ ਨੋਟਿਸ ਵੀ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੋਇਆ ਵੀ ਜਿਹੜੀ DAP ਖਾਦ ਦਾ ਜਿਹੜਾ ਬੈਗ ਆ ਬੋਰੀ ਆ ਉਹ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤਸਵੀਰ ਲੱਗੀ ਹੋਈ ਆ। ਓਕੇ, ਜਿਹੜਾ ਦੌਧਰ ਪਿੰਡ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਦੌਧਰ ਪਿੰਡ ਆ ਜਿੱਥੋਂ ਕਿਸਾਨਾਂ ਨੇ 110 ਬੋਰੀਆਂ ਕਿਸੇ ਫੋਨ ਰਾਹੀਂ ਕਿਸੇ ਦੂਜੇ ਏਰੀਏ ਤੋਂ ਆਪਣੀ ਫਿਰੋਜ਼ਪੁਰ ਤੋਂ ਦੱਸਦੇ ਆ ਵੀ ਜਿਹੜਾ DAP ਮੰਗਵਾਇਆ ਵਾ, ਠੀਕ ਹੈ ਜੀ,
ਉਹ ਮੌਜਿਕ ਕੰਪਨੀ ਦਾ ਸੀ, ਜਿਹੜੇ ਉਹਦੇ ਬੈਗ ਲੱਗੇ ਆ ਉੱਪਰ, ਠੀਕ ਹੈ ਜੀ। ਉਹ ਬੈਗ ਹੁਣ ਤੋਂ 2 ਤੋਂ 5 ਸਾਲ ਪਹਿਲਾਂ ਲੱਗਦੇ ਸੀਗੇ, ਕੰਪਨੀ ਦੇ ਆਪਦਾ ਮਾਰਕਾ ਸੀ। ਪਰ ਹੁਣ ਸੈਂਟਰ ਸਰਕਾਰ ਨੇ ਸਕੀਮ ਇਹ ਕਰਤੀ ਵੀ ਜਿਹੜੀ ਤਸਵੀਰ ਪ੍ਰਧਾਨ ਮੰਤਰੀ ਜੀ ਦੀ ਲੱਗੀ ਹੋਈ ਆਉਂਦੀ ਆ, ਭਾਵੇਂ ਜੋ ਕਿਸੇ ਵੀ ਕੰਪਨੀ ਦਾ ਹੋਵੇ, ਕਿਸੇ ਵੀ ਕੰਪਨੀ ਦਾ ਮਾਰਕਾ ਇੱਕੋ ਹੀ ਆ, ਠੀਕ ਹੈ। ਅਤੇ ਪੰਜਾਬ ਸਰਕਾਰ ਦਾ ਪੀਐਮ ਯੋਜਨਾ ਇੱਦਾਂ ਕੁਛ ਉਹਦੇ ਲਿਖਿਆ ਹੋਇਆ ਆਪਣੇ, ਮੈਂ ਮਤਲਬ ਮੋਟਰ 'ਚ ਪਿਆ ਹੋਣਾ ਬੈਗ ਡੀਏਪੀ ਵਾਲਾ, ਮੈਂ ਤੁਹਾਨੂੰ ਦਿਖਾ ਦਿੰਦਾ ਵੀ ਪ੍ਰਾਈਵੇਟ ਫਾਰਮ ਦੇ ਕਿਸੇ ਦੇ ਨਾਂ 'ਤੇ ਜੇ ਕੋਈ ਇੱਦਾਂ ਦੀ ਆਉਂਦਾ ਵਾ, ਕੋਈ ਪੋਟਾਸ਼ ਆਉਂਦਾ ਜਾਂ ਆਹ ਡੀਏਪੀ ਆਉਂਦਾ, ਵੀ ਉਹ ਵਾਕਈ ਹੀ ਫਿਰ ਜਾਲੀ ਆ, ਉਹ ਸਹੀ ਆ ਵੀ ਉਹ ਲੈਣ ਯੋਗ ਨਹੀਂ ਹੈ ਹੈਗਾ। ਜਿਹੜਾ ਬੈਗ ਬਕਾਇਦਾ ਮੰਨ ਲਓ ਵੀ ਫੋਟੋ ਲੱਗੀ ਤਸਵੀਰ ਲੱਗੀ ਆ, ਉਹ ਕਲੀਅਰ ਆ, ਸਹੀ ਆ ਜੀ। ਇਸੇ ਕਰਕੇ ਮਿਲਾਵਟ ਦੇ ਕਰਕੇ ਸੈਂਟਰ ਸਰਕਾਰ ਨੇ ਸਟੈਪ ਚੱਕਿਆ ਸੀਗਾ, ਉਹ ਬੈਗ ਵੀ ਉੱਥੋਂ ਸੈਂਟਰ ਸਰਕਾਰ ਨੇ ਹੀ ਦੇਣੇ ਆ, ਉਹਨੇ ਅਲਾਓ ਕਰਨੇ, ਉਹਨਾਂ ਨੇ ਅਲਾਓ ਕਰਨੇ ਆ, ਉਹ ਜਿਹੜਾ ਉਹਦਾ ਬੈਗ ਆ ਜਿੰਨੇ ਬਾਰਦਾਨਾ ਵਾ ਉਹ ਸੈਂਟਰ ਨੇ ਦੇਣਾ ਕੰਪਨੀਆਂ ਨੂੰ, ਠੀਕ ਆ ਜੀ। ਇਹ ਸਾਡੇ ਕਿਸਾਨ ਵੀਰ ਸੁਚੇਤ ਹੋਣ ਇਸ ਚੀਜ਼ ਤੋਂ ਵੀ, ਬਾਕੀ ਬਾਹਲਾ ਇੱਦਾਂ ਵੀ ਜਦੋਂ ਆਪਾਂ ਹੀ ਹੜਾ ਲੜਾ ਕਰ ਦਿੰਦੇ ਹਾਂ ਤੇ ਉਦੋਂ ਫਿਰ ਸਾਡਾ ਇਸ ਕਰਕੇ ਨੁਕਸਾਨ ਹੋ ਜਾਂਦਾ, ਥੋੜਾ ਸਹਿਜ ਮਤਾ ਸਾਨੂੰ ਸਹਿਜ ਮਤਾ ਰੱਖਣਾ ਚਾਹੀਦਾ। ਮੇਰੀ ਹਰਿਆਣਾ ਦੇ ਵਿੱਚ ਇੱਕ ਦਿਨ ਕਿਸੇ ਵੀਰ ਨਾਲ ਕਿਸਾਨ ਨਾਲ ਗੱਲ ਹੋਈ, ਮੈਂ ਤੁਹਾਡੇ ਕੀ ਮਾਹੌਲ ਕਹਿੰਦਾ ਯਾਰ ਵਧੀਆ ਡੀਏਪੀ ਮਿਲੀ ਜਾਂਦਾ ਵੀ, ਚਲੋ ਸਾਡੇ ਕੁਸਕ ਜ਼ਿਲ੍ਹਿਆਂ ਦੇ ਵਿੱਚ ਆਲੂ ਲੱਗਦਾ ਵਾ ਵੀ ਕੋਈ ਕਮੀ ਨਹੀਂ ਹੈਗੀ, ਤੇ ਹੁਣ ਪੰਜਾਬ ਵਾਲੇ ਉਧਰੋਂ ਲਿਆ ਨਹੀਂ ਸਕਦੇ ਹੈਗੇ, ਉੱਥੇ ਬਾਰਡਰ ਪੈਂਦਾ ਵਾ, ਇਹੀ ਤਾਂ ਗੱਲ ਤੇ ਆਇਆ ਵੀ ਨਹੀਂ ਡੀਏਪੀ ਮਿਲ ਜਾਣਾ ਜੀ। ਕੋਈ ਇੱਕ ਆਇਆ ਨਾ ਕੰਪਨੀਆਂ ਨੇ ਜਿਹੜਾ ਨਾਲ ਮਾਲ ਹੁੰਦਾ ਆਪਦਾ, ਜਿੱਦਾਂ ਹੁਣ ਨੈਨੋ ਯੂਰੀਆ ਤੇ ਨੈਨੋ ਡੀਏਪੀ ਦੇ ਰਹੇ ਆ, ਉਹ 3-4 ਸਾਲ 4-5 ਸਾਲ ਹੀ ਹੋਗਾ ਚੱਲਦੇ ਨੂੰ ਤਕਰੀਬਨ ਨੈਨੋ ਡੀਏਪੀ ਤੇ ਨੈਨੋ ਯੂਰੀਆ ਨੂੰ, ਪਰ ਉਹਦੇ ਜਿਹੜੇ ਰਿਜ਼ਲਟ ਆ ਜ਼ੀਰੋ ਆ ਰਹੇ ਆ, ਮਹਿੰਗਾ ਬਹੁਤ ਪੈਂਦਾ, 250 ਦੀ ਤਾਂ ਬੋਤਲ ਯੂਰੀਆ ਦੀ ਨੈਨੋ ਦੀ ਜਿਹੜਾ ਧੱਕੇ ਨਾਲ ਦਿੱਤਾ ਨਾਲ, ਉਹਦਾ 1% ਰਿਜ਼ਲਟ ਨਹੀਂ। ਉਹ ਤੇ ਪੀਏਯੂ ਨੇ ਜਿਹੜੀ ਪੰਜਾਬ ਦੀ ਯੂਨੀਵਰਸਿਟੀਆਂ ਖੋਜ ਕੀਤੀ ਉਹਦੇ 'ਚ ਉਹਦਾ ਰਿਜ਼ਲਟ 'ਚ ਆਇਆ ਹੀ ਕੁਛ ਨਹੀਂ ਹੈਗਾ ਪੀਏਯੂ ਨੇ। ਹੁਣ ਫਿਰ ਸਰਕਾਰ ਨੇ ਪਿਛਲੇ ਵੀ ਜੇ ਵੀ ਜਥੇ ਖੁੱਡੀਆਂ ਸਾਹਿਬ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਕੋਈ ਵੀ ਕੰਪਨੀ ਨਾਲ ਧੱਕੇ ਨਾਲ ਸਮਾਨ ਨਹੀਂ ਦੇ ਸਕਦੀ, ਪਰ ਇਹ ਸੌਂਪਿਆ ਜਾਂਦਾ ਸੌਂਪਿਆ ਫਿਰ ਜਾਂਦਾ ਜ਼ਿਮੀਦਾਰ ਨੂੰ। ਹੁਣ ਮੰਨ ਕੇ ਚੱਲੋ ਨਾ ਤਾਂ ਡੀਏਪੀ ਪ੍ਰੋਪਰ ਮਿਲਿਆ, 12-32-16 ਮਿਲ ਰਿਹਾ ਵਾ, ਉਹਦੇ ਨਾਲ 2 ਬੋਤਲਾਂ ਤਾਂ 1 ਬੋਰੀ ਮਗਰ ਨੈਨੋ, 1 ਨੈਨੋ ਯੂਰੀਆ ਦੀ 1 ਨੈਨੋ ਡੀਏਪੀ ਦੀ ਮਿਲ ਰਹੀ ਆ। ਜੇ ਉਹ ਨਹੀਂ ਲੈਣਾ ਸਲਫਰ, ਜਿਹੜੀ ਚੀਜ਼ ਦੇਣੀ ਆ ਸਰਕਾਰ ਜਿਹੜੇ ਕੰਪਨੀਆਂ ਨੂੰ ਦੇਣਾ, ਐਨਪੀਕੇ ਦੇ ਦੇਣ ਜ਼ਿਮੀਦਾਰ ਨੂੰ। ਬਿਲਕੁਲ, ਜੇ ਆਲੂ ਵਾਲੇ ਨੇ ਲੈਣਾ 13-0-45 ਕਰਨੀ, 19-19 ਕਰਨੀ, 0-0-50 ਕਰਨੀ, 0-52-34 ਕਰਨੀ, 4 ਦੇ ਦਿਓ ਉਹਨੂੰ। ਬਿਲਕੁਲ, ਜਿਹੜੀ ਉਹਦੇ ਕੰਮ ਆ ਜਾਓ, ਨੈਨੋ ਯੂਰੀਆ ਦਾ ਰਿਜ਼ਲਟ ਹੀ ਨਹੀਂ, ਉਹ ਧੱਕੇ ਨਾਲ ਕੱਢੀ ਜਾਂਦੇ ਆ। ਜਿਹੜੀ ਚੀਜ਼ ਦਾ ਫਾਇਦਾ ਕੋਈ ਨਹੀਂ ਉਹ ਕਰਨ ਦਾ ਕੀ ਫਾਇਦਾ। 2 ਦਿਨ ਪਹਿਲਾਂ ਮੈਂ ਬਿਆਨ ਦੇਖਿਆ ਸੀਗਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਹੀ ਬਿਆਨ ਆਇਆ ਵਾ, ਜਿੱਥੇ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਵੀ ਬਿਆਨ ਦਿੱਤਾ ਵੀ ਨਾਲ ਵੀ ਕਿਸਾਨਾਂ ਨੂੰ ਕੋਈ ਇੱਦਾਂ ਨਾਲ ਸਮਾਨ ਸਪਲਾਈ ਨਾ ਕੀਤਾ ਜਾਵੇ, ਪਰ ਹੁਣ ਸੁਣਿਆ ਕਿਸੇ ਦੀ ਕੋਈ ਤਾਂ ਹੀ ਆ। ਬਿਲਕੁਲ ਜੀ, ਮਤਲਬ ਪਿੰਡ ਦੇ ਵਿੱਚ ਜਾਣੀ ਸੋਸਾਇਟੀ ਦੇ ਵਿੱਚ ਗੱਡੀ ਨਹੀਂ ਆਉਂਦੀ ਜੇ ਆਪਾਂ ਉਹਨਾਂ ਨੂੰ ਮੰਨਦੇ ਨਹੀਂ ਵੀ ਸਾਨੂੰ ਨਾਲ ਦਿਓਗੇ ਤਾਂ। ਹਾਂਜੀ, ਹੁਣ ਮੰਨ ਲਓ ਐਫਕੋ ਵਾਲੇ ਤਾਂ, ਜੇ ਐਫਕੋ ਦਾ ਕਿਸੇ ਸੋਸਾਇਟੀ ਨੇ ਵੀ ਮੇਰੇ ਧਿਆਨ 'ਚ, ਜਿੱਥੇ ਮੈਂ 1-2 ਸੋਸਾਇਟੀਆਂ 'ਚ ਗੱਲ ਕੀਤੀ ਜਿੱਥੇ ਆਪਣਾ ਜਾਣਕਾਰ ਆ, ਉਹ ਕਹਿੰਦੇ ਸੋਸਾਇਟੀ ਨੇ ਵੀ ਐਫਕੋ ਤੋਂ ਰੈਕ ਲੈਣਾ, ਮੰਨ ਲਓ ਡੀਏਪੀ ਲੈਣਾ, ਉਹ ਨਾਲ ਉਹਨਾਂ ਨੂੰ ਵੀ ਉਹ ਮਾਲ ਦੇ ਰਹੇ ਆ, ਦੇ ਰਹੇ ਆ। ਹੁਣ ਤੇ ਮਾਰਕਫੈਡ ਤੋਂ ਵੀ ਲੈਣੀ ਆ ਤਾਂ ਮਾਰਕਫੈਡ ਵਾਲੇ ਆਪਦੀ ਖਾਲ ਦੇ ਰਹੇ ਆ, ਫੀਡ ਦੇ ਰਹੇ ਆ। ਹਾਂਜੀ, ਉਹ ਖੁਰਾਕ ਦੀ ਕੁਆਲਿਟੀ ਮਾੜੀ ਆ, ਬਹੁਤ ਮਾੜੀ ਆ ਜੀ, ਉਹ ਪਸ਼ੂਆਂ ਨੂੰ ਆਪਾਂ ਪਾ ਹੀ ਨਹੀਂ ਸਕਦੇ। ਜੇ ਦੇਣੀ ਆ ਤੁਸੀਂ ਕਿਸੇ ਚੰਗੀ ਕੰਪਨੀ ਨਾਲ ਐਗਰੀਮੈਂਟ ਕਰੋ, ਅਸੀਸ ਦੀ ਦੇ ਦਿਓ, ਕਾਰਗਲ ਦੀ ਦੇ ਦਿਓ, ਜਿਹੜੀਆਂ ਚੰਗੀਆਂ ਕੰਪਨੀਆਂ। ਬਿਲਕੁਲ, ਉਹ ਜਿੰਨੇ ਦੀ ਅੱਗੇ ਆਉਂਦੀ ਆ ਚੀਜ਼ ਆਪਾਂ ਉਹਨਾਂ ਦੀ ਲੈ ਲਾਂਗੇ। ਹਾਂ, ਜੇ ਐਫਕੋ ਨੇ ਦੇਣਾ, ਇਹਨਾਂ ਦਾ ਨਾ ਇੱਕ ਸਾਗਰਕਾ ਪ੍ਰੋਡਕਟ ਆਉਂਦਾ ਵਾ, ਉਹ ਹਮੇ ਕਿਸੜਾ ਗਰੋਥ ਪ੍ਰਮੋਟਰ ਆ, ਉਹ ਚਲੋ ਕਣਕ ਝੋਨੇ ਲਈ ਵੀ ਡਕਾ ਰਿਕਮੈਂਡੇਸ਼ਨ ਆ, ਤੇ ਜਾਂ ਜਿੱਦਾਂ ਆਲੂ ਵਾਲਿਆਂ ਨੂੰ ਡੀਏਪੀ ਵੱਧ ਚਾਹੀਦਾ, ਉਹ ਆਲੂਆਂ 'ਚ ਵੀ ਵਧੀਆ ਚੀਜ਼ ਆ ਉਹ, ਵੀ ਜੇ ਦੇਣਾ ਹੀ ਆ ਤਾਂ ਤੁਸੀਂ ਸਾਗਰਕਾ ਦੇ ਦਿਓ, ਕੱਲ੍ਹ ਜਿਹੜਾ ਉਹਦੇ ਕੰਮ ਤਾਂ ਆ ਜੇ। ਬਿਲਕੁਲ, ਜਿਹੜੀ ਚੀਜ਼ ਦਾ ਰਿਜ਼ਲਟ ਹੀ ਨਹੀਂ ਹੈਗਾ, ਨੈਨੋ ਯੂਰੀਆ ਦਾ ਨੈਨੋ ਡੀਏਪੀ ਵੀ ਆਉਣ ਲੱਗ ਗਿਆ ਇਹਨਾਂ ਦਾ, ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਗਰਵੀਰ, ਫਿਰ ਉਹ ਤਾਂ ਪੈਸੇ ਦੀ ਬਰਬਾਦੀ ਆ। ਚਲੋ, ਤੇ ਕਿਸਾਨ ਵੀਰੋ ਘਬਰਾਇਓ ਨਾ, ਡੀਏਪੀ ਮਿਲੂਗਾ, ਸਾਰਿਆਂ ਨੂੰ ਮਿਲੂਗਾ, ਪਰ ਆਪਦੀਆਂ ਸੋਸਾਇਟੀਆਂ ਤੱਕ ਅਪਰੋਚ ਕਰੋ, ਆਪਦਾ ਜਿਹੜਾ ਹੱਦ ਕਰਜ਼ਾ
ਉਹਨੂੰ ਟਾਈਮ ਟੂ ਟਾਈਮ ਮੋੜਦੇ ਰਿਹਾ ਕਰੋ ਅਤੇ ਆਪਦੀ ਸੁਸਾਇਟੀ ਨੂੰ ਕਾਮਯਾਬ ਕਰੋ, ਸੁਸਾਇਟੀ ਦੇ ਥਰੂ ਹੀ ਇਹ ਕੰਮ ਕਰੋ ਤਾਂ ਕਿ ਤੁਹਾਨੂੰ ਇਹ ਫਿਕਰ ਨਾ ਕਰਨਾ ਪਵੇ ਵੀ ਅਸੀਂ ਕਿਸੇ ਪ੍ਰਾਈਵੇਟ ਤੋਂ ਜਾਣੀ ਯੂਰੀਆ ਜਾਂ ਡੀ ਏ ਪੀ ਲਈਏ। ਸੋ ਜੇ ਤੁਸੀਂ ਆਪਦੇ ਪਰਸਨਲ ਤੌਰ 'ਤੇ ਤੁਹਾਡੇ ਕੋਲ ਤੁਸੀਂ ਤਾਕਤ ਰੱਖਦੇ ਹੋ ਵੀ ਆਪਦੀ ਸੁਸਾਇਟੀ ਨੂੰ ਕਾਮਯਾਬ ਕਰਨ ਦੀ, ਤਾਂ ਥੋੜ੍ਹੇ ਜਿਹੇ ਵੀਰ ਰਲ ਕੇ ਵੀ ਤੁਸੀਂ ਆਪਦੀ ਸੁਸਾਇਟੀ ਨੂੰ ਕਾਮਯਾਬ ਬਣਾਓ। ਸੁਸਾਇਟੀ ਦਾ ਗਰਵੀਰ ਆਏ ਆ ਹੁਣ ਹੁਣ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਵੀ ਆਪਾਂ ਇੱਕ ਗੱਲ ਹੋਰ ਐਡ ਕਰਦੇ ਹਾਂ, ਜ਼ਿਮੀਦਾਰ ਭਰਾਵਾਂ ਦੇ ਲਈ ਕਿਸਾਨਾਂ ਦੇ ਵੀ ਸਮੂਹ ਬਣ ਗਏ। ਬਿਲਕੁਲ, 11 ਮੈਂਬਰੀ ਕਮੇਟੀ ਬਣਦੀ ਆ, ਇੱਕੋ ਚ ਖਜ਼ਾਨਚੀ ਪ੍ਰਧਾਨ ਤੇ ਸਕੱਤਰ ਨੂੰ ਚੁਣਿਆ ਜਾਣਾ, ਐਫਪੀਓ ਬਣ ਜਾਂਦੀ ਹੈ ਕਹਿ ਲਈਏ ਆਪਾਂ, ਜੀ ਜੀ ਜੀ, ਫੂਡ ਕਾਰਪੋਰੇਟ ਕੰਪਨੀ। ਤੇ ਇਹਦੇ 'ਚ ਆਪਣਾ ਜੀ ਐਸ ਟੀ ਨੰਬਰ ਬਕਾਇਦਾ ਸਰਕਾਰ ਮਿਲਦਾ, ਬਿੱਲ ਬਣਦਾ ਆਪਣਾ ਹੀ ਪੱਕਾ, ਤੇ ਐਫ ਪੀ ਓ ਬਣਾ ਕੇ ਬਹੁਤ ਕਿਸਾਨ ਕੰਮ ਕਰ ਰਹੇ ਨੇ। ਉਹ ਕੰਪਨੀ ਸਿੱਧਾ ਉਹਨਾਂ ਨੂੰ ਖਾਦ ਵੀ ਦਿੰਦੀ ਆ, ਤੇ ਖਾਦ ਦੇ ਨਾਲ ਜੇ ਕੋਈ ਬੀਜ ਲੈਣਾ ਆਪਾਂ, ਚਾਹੇ ਮੱਕੀ ਦਾ, ਕਣਕ ਦਾ, ਕਿਸੇ ਵੀ ਚੀਜ਼ ਦਾ, ਉਹ ਮਿਲ ਜਾਣਾ ਡਾਇਰੈਕਟ ਆਪਾਂ ਨੂੰ। ਬਿਲਕੁਲ, ਕੋਈ ਸਪਰੇਅ ਲੈਣੀ ਕਿਸੇ ਕੰਪਨੀ ਤੋਂ ਪੈਸਟੀਸਾਈਡ, ਉਹ ਆਪਾਂ ਨੂੰ ਮਿਲਣਾ ਵਾ। ਤੇ ਹੁਣ ਸਹੂਲਤ ਦਾ ਕੰਮ ਬਹੁਤ ਜ਼ਿਆਦਾ ਹੋਈ ਹੋਈ ਹੈ, ਥੋੜ੍ਹੀ ਸਾਡੇ ਵਿੱਚ ਗਿਆ ਅਵੇਅਰਨੈਸ ਹੈ ਨਹੀਂ, ਅਵੇਅਰਨੈਸ ਹੈ ਨਹੀਂ ਜੀ, ਜਿਹੜੀ ਅਵੇਅਰਨੈਸ ਆ ਵੀ ਆਪਾਂ ਪੜ੍ਹੀਏ, ਪੜ੍ਹ ਕੇ ਖੇਤੀ ਕਰੀਏ, ਹੁਣ ਖੇਤੀ ਵੀ ਪੜ੍ਹੇ ਲਿਖੇ ਸਮਝਦਾਰ ਦੀ ਆ, ਸਮਝਦਾਰੀ ਦੀ ਖੇਤੀ ਰਹਿ ਗਈ, ਤੇ ਆਪਾਂ ਜਾਣੀ ਇੱਦਾਂ ਹੀ ਨਹੀਂ ਜੱਕੇ ਤੱਕੇ ਦੇ ਲੋਕਾਂ ਦੀਆਂ ਗੱਲਾਂ 'ਚ ਆ ਕੇ ਵੀ ਡੀ ਏ ਪੀ ਨਹੀਂ ਮਿਲਣਾ ਜਾਂ ਇੱਦਾਂ ਦਾ ਨਹੀਂ ਚੀਜ਼, ਉਹਦੇ ਵਿੱਚ ਨਾ ਆਈਏ, ਤਾਂ ਆਪਣੀ ਐਫ ਬੀ ਓ ਬਣਾ ਕੇ ਵੀ ਮੰਨ ਲਓ ਜ਼ਿਮੀਦਾਰ ਕਾਮਯਾਬ ਹੋ ਸਕਦਾ। ਜਿਹੜੇ ਪਿੰਡਾਂ 'ਚ ਮੰਨ ਲਓ ਨਹੀਂ ਸੁਸਾਇਟੀਆਂ ਹੈਗੀਆਂ ਗੀਆਂ, ਚਲੋ ਕਿਸੇ ਪਿੰਡਾਂ ਦੇ ਵਿੱਚ ਜਾਂ ਪਹਿਲਾਂ ਘਪਲੇ ਹੋ ਗਏ, ਫੇਲ ਹੋ ਗਈਆਂ, ਉੱਥੇ ਕਿਸਾਨ ਆਪਦੇ ਸਮੂਹ ਬਣਾ ਕੇ 11 ਮੈਂਬਰੀ 22 ਮੈਂਬਰੀ ਕਮੇਟੀਆਂ ਬਣਾ ਕੇ ਕਾਮਯਾਬ ਹੋ ਸਕਦੇ ਆ, ਹੋ ਸਕਦੇ ਆ। ਕੁਕਰੀ ਕਲਾ ਤੋਂ ਅੰਕਲ ਹੋਣੀ, ਸਾਨੂੰ ਅਸੀਂ ਜਲੰਧਰ ਗਏ ਬਾਦਸ਼ਾਹਪੁਰ, ਉੱਥੇ ਸੀ ਪੀ ਆਰ ਆਈ ਦਾ ਖੋਜ ਕੇਂਦਰ ਆਲੂਆਂ ਦਾ, ਜਿੱਥੋਂ ਆਲੂਆਂ ਦੇ ਜਿਹੜਾ ਮੰਨ ਲਓ ਜਾੜਾ ਮਦਰ ਆ ਪੰਜਾਬ ਦੇ ਵਿੱਚ ਬਾਦਸ਼ਾਹਪੁਰ ਆ, ਉੱਥੇ ਡਾਕਟਰ ਸੁਖਵਿੰਦਰ ਜੀ ਹੁਣੀ ਸੈਮੀਨਾਰ ਰੱਖਦੇ ਸੀ, ਉੱਥੇ ਗਏ ਸੀ ਜਨਵਰੀ ਦੇ ਵਿੱਚ, ਉੱਥੇ ਅੰਕਲ ਹੋਣੀ ਸਾਨੂੰ ਕੁਕਰੀ ਕਲਾਂ ਤੋਂ ਮਿਲੇ, ਉਹਨਾਂ ਨੇ ਆਪਦੀ ਐਫ ਪੀ ਓ ਬਣਾਈ ਹੋਈ ਆ, ਤੇ ਬਹੁਤ ਸੋਹਣੀ ਖੇਤੀ ਕਰਦੇ ਨੇ ਉਹ, ਮੰਨ ਲਓ ਚੰਗਾ ਉਹਨਾਂ ਦਾ ਸਮੂਹ ਬਣਿਆ ਹੋਇਆ ਕਿਸਾਨਾਂ ਦਾ। ਸਹੀ ਆ ਜੀ, ਤੇ ਇੱਦਾਂ ਸਾਨੂੰ ਅੱਜ ਸਮੇਂ ਦੀ ਲੋੜ ਆ, ਜੇ ਅਸੀਂ ਰਲ ਮਿਲ ਕੇ ਮਾਰਕੀਟ ਦੇ ਵਿੱਚ ਏਕਤਾ ਦਿਖਾ ਕੇ ਆਪਾਂ ਰਲ ਮਿਲ ਕੇ ਚੱਲ ਸਕਦੇ ਹਾਂ, ਤੇ ਵੀ ਜੇ ਅਸੀਂ ਮਾਰਕੀਟ ਦੇ ਵਿੱਚ ਟਿਕਣਾ ਵਾ, ਵਧੀਆ ਕੁਆਲਿਟੀ ਆ ਕੰਮ ਕਰਨਾ, ਫਿਰ ਸਾਨੂੰ ਇਸ ਤਰ੍ਹਾਂ ਚੱਲਣਾ ਪੈਣਾ ਜੀ, ਚੱਲਣਾ ਪੈਣਾ ਸਮੇਂ ਦੇ ਨਾਲ, ਰਲ ਮਿਲ ਕੇ ਚੱਲਣਾ ਪੈਣਾ। ਹਾਂਜੀ, ਧੰਨਵਾਦ ਵੀਰੇ ਤੁਹਾਡਾ, ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ।